ਵਿਚਾਰਾ ਕੀਤੀ ਗਈ ਡਾਂਗ ਮਾਰਨ ਨਾਲ ਸੰਬੰਧਿਤ ਜਿੰਨੀਆਂ ਵੀ ਧਿਰਾਂ ਹੈਗੀਆਂ ਉਹਨਾਂ ਨੂੰ ਵਾਰੋ ਵਾਰੀ ਬੁਲਾਇਆ ਗਿਆ ਸੀਗਾ ਬਾਈ ਪਹਿਲੇ ਕਰੋ ਯਾਰ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਦੇ ਦਿੱਤੀ ਹੈ ਕਿ ਹਰ ਕੀਮਤ ਦੇ ਉੱਤੇ ਚਾਹੇ ਕਾਨੂੰਨੀ ਲੜਾਈ ਲੜਨੀ ਹੈ ਜਾਂ ਸਰਕਾਰਾਂ ਨਾਲ ਗੱਲਬਾਤ ਕਰਨੀ ਹੈ ਇਹ ਸਾਂਝੀਆਂ ਕਮੇਟੀਆਂ ਜਿਹੜੀਆਂ ਸਾਂਝੀਆਂ ਕਮੇਟੀਆਂ ਹੈਗੀਆਂ ਸਿੰਘ ਸਾਹਿਬ ਮੰਗੂ ਮੱਠ ਬਾਰੇ ਦੱਸਿਆ ਗਿਆ ਕਿ ਅਸਲ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਕੁਛ ਧਿਰਾਂ ਦਾ ਕਹਿਣਾ ਸੀ ਕਿ ਅਸਲ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ ਕੁਛ ਧਿਰਾਂ ਦਾ ਕਹਿਣਾ ਸੀ ਕਿ ਜਿਹੜਾ ਅਸਲ ਢਾਂਚਾ ਹੈਗਾ ਉਹਦੇ ਆਸੇ ਪਾਸੇ ਜਿਹੜਾ ਕੰਪਲੈਕਸ ਹੈ ਉਹ ਵੀ ਉਹਦਾ ਹਿੱਸਾ ਸੀ ਉਹਨੂੰ ਪਾਇਆ ਗਿਆ ਸਾਰਿਆਂ ਧਿਰਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬੜੇ ਗੌਰ ਦੇ ਨਾਲ ਸੁਣਿਆ ਗਿਆ ਔਰ ਅਸੀਂ ਸਿਰਫ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਿਹੜੇ ਆ ਕੋਈ ਲੋਕਲ ਜਿਹੜੇ ਆ ਉਹ ਬੁਲਾਏ ਹੋਏ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਪਤਾ ਲੱਗੇ ਕਿ ਅਸਲੀਅਤ ਕਿਹੜੀ ਹੈ ਕੀ ਹੈ ਔਰ ਉਮੀਦ ਹੈ ਕਿ ਹੁਣ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਚੱਲਣਗੀਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਇਸ ਮਾਮਲੇ ਦੀ ਕਾਨੂੰਨੀ ਜਿਹੜੀ ਆ ਉਹ ਪ੍ਰਕਿਰਿਆ ਜਿਹੜੀ ਆ ਉਹਨੂੰ ਭੋਖ ਕੇ ਤੇ ਜਿਹੜਾ ਉਹ ਇਹ ਰਾਇਤ ਜਿਹੜੀ ਹੈ ਜਿਹੜੀ ਉਹ ਹਰ ਕੀਮਤ ਦੇ ਉੱਤੇ ਜਿਹੜਾ ਉਹ ਮਾਫ਼ ਕਰਵਾਇਆ ਪਰ ਜੇ ਚੰਗਾ ਹੁੰਦਾ ਮੁਸਲਮਾਨਾਂ ਨੂੰ ਵੀ ਲਾਭ ਮਿਲਦਾ ਸ਼੍ਰੋਮਣੀ ਕਮੇਟੀ ਟੀਮ ਭੇਜੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਰਿਪੋਰਟ ਦਿੱਤੀ ਆਪਣੀ ਉਸ ਟੀਮ ਦੀ ਰਿਪੋਰਟ ਨੂੰ ਵੀ ਜਿਹੜਾ ਸਾਰੀਆਂ ਧਿਰਾਂ ਦੇ ਵਿੱਚ ਵਿਚਾਰਿਆ ਗਿਆ